ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਸੁਖਦਲੇ, ਇਸ ਸਮੇਂ ਅਸੀਂ ਖੜੇ ਹਾਂ ਜੀ ਪਟਿਆਲਾ ਕਚਹਿਰੀਆਂ ਦੇ ਬਾਹਰ। ਦੱਸ ਦਈਏ ਕਿ ਇੱਥੇ ਅੱਜ ਭਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਸੀ ਤੇ 2 ਦਿਨ ਦੇ ਰਿਮਾਂਡ ਦੇ ਉੱਪਰ ਭਾਨਾ ਸਿੱਧੂ ਨੂੰ ਭੇਜ ਦਿੱਤਾ ਗਿਆ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਏਜੰਟ ਦੇ ਵੱਲੋਂ ਉਹਨਾਂ ਦੇ ਖਿਲਾਫ਼ ਮਾਮਲਾ ਜਿਹੜਾ ਉਹ ਦਰਜ ਕਰਵਾਇਆ ਗਿਆ ਸੀਗਾ। ਫਰੌਤੀ ਦੇ ਇਲਜ਼ਾਮ ਆ ਜਿਹੜੇ ਉਹ ਭਾਨਾ ਸਿੱਧੂ ਦੇ ਉੱਪਰ ਲੱਗਦੇ ਨੇ ਤੇ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਵੱਲੋਂ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ। ਹਾਲਾਂਕਿ ਬੀਤੇ ਦਿਨੀ ਸ਼ਾਮ ਨੂੰ ਉਹਨਾਂ ਨੂੰ ਜ਼ਮਾਨਤ ਆ ਜਿਹੜੀ ਉਹ ਦੇ ਦਿੱਤੀ ਗਈ ਸੀ ਤੇ ਅੱਜ ਬੌਂਡ ਭਰਨ ਤੋਂ ਬਾਅਦ ਜਿਹੜਾ ਉਹਨਾਂ ਦੀ ਰਿਹਾਈ ਹੋਣੀ ਸੀ। ਪਰ ਉਸ ਤੋਂ ਪਹਿਲਾਂ ਇੱਕ ਮਾਮਲਾ ਜਿਹੜਾ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ, ਇੱਕ FIR ਆਈ ਹੈ। ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇੱਕ FIR ਦਰਜ ਕੀਤੀ ਗਈ ਤੇ ਇਸ ਸਮੇਂ ਅਸੀਂ ਪਟਿਆਲਾ ਕਚਹਿਰੀਆਂ ਦੇ ਬਾਹਰ ਖੜੇ ਹਾਂ ਜਿੱਥੇ ਭਾਨਾ ਸਿੱਧੂ ਨੂੰ ਅੱਜ ਪੇਸ਼ ਕੀਤਾ ਗਿਆ ਸੀ ਤੇ 2 ਦਿਨ ਦੇ ਰਿਮਾਂਡ ਦੇ ਉੱਪਰ ਭਾਨਾ ਸਿੱਧੂ ਨੂੰ ਭੇਜਿਆ ਗਿਆ। ਤਾਂ ਮਾਮਲੇ ਨੂੰ ਲੈ ਕੇ ਵਕੀਲ ਸਾਹਿਬ ਨਾਲ ਜ਼ਰੂਰ ਗੱਲਬਾਤ ਕਰਾਂਗੇ ਕਿ ਆਖਿਰ ਪੂਰਾ ਮਾਮਲਾ ਕੀ ਹੈ, ਕਿਸ ਮਾਮਲੇ ਦੇ ਵਿੱਚ ਇਹ ਗ੍ਰਿਫ਼ਤਾਰੀ ਹੋਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਤੇ ਲੁਧਿਆਣਾ ਦੇ ਵਿੱਚ ਜੋ ਇੱਕ ਏਜੰਟ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਫਰੌਤੀ ਨੂੰ ਲੈ ਕੇ, ਜਿਹੜਾ ਮਾਮਲਾ ਦਰਜ ਹੋਇਆ ਸੀ ਤੇ ਉਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ। ਤੇ ਹੁਣ ਜਦੋਂ ਅੱਜ ਉਹਨਾਂ ਦੀ ਰਿਹਾਈ ਆ ਜਿਹੜੀ ਹੋਣੀ ਸੀ, ਰਿਹਾਈ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਇੱਕ ਮਾਮਲਾ ਜਿਹੜਾ ਦਰਜ ਕੀਤਾ ਜਾਂਦਾ ਤੇ ਉਸ ਮਾਮਲੇ ਦੇ ਵਿੱਚ ਪਟਿਆਲਾ ਪੁਲਿਸ ਦੇ ਵੱਲੋਂ ਅਰੈਸਟ ਪਾਈ ਜਾਂਦੀ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਜਿਹੜਾ ਰਿਮਾਂਡ ਆ ਉਹ ਹਾਸਲ ਕੀਤਾ ਗਿਆ। ਤਾਂ ਇਸ ਮਾਮਲੇ ਦੇ ਉੱਪਰ ਜਾਣਕਾਰੀ ਦੇਣ ਲਈ ਸਾਡੇ ਨਾਲ ਵਕੀਲ ਸਾਹਿਬ ਜੁੜ ਚੁੱਕੇ ਨੇ ਜੋ ਲੁਧਿਆਣਾ ਦੇ ਵਿੱਚ ਕੇਸ ਲੜ ਰਹੇ ਸੀ। ਤਾਂ ਵਕੀਲ ਸਾਹਿਬ ਕੀ ਇਨਫੋਰਮੇਸ਼ਨ ਹੈ ਜੀ? ਲੁਧਿਆਣੇ ਵਾਲਾ ਕੇਸ ਜਿਹੜਾ 53 ਨੰਬਰ ਮੁਕੱਦਮਾ ਸੀ ਉਹਦੇ ਵਿੱਚ ਬੇਲ ਹੋ ਗਈ ਸੀ। ਅੱਜ ਉਹਦੇ ਬੇਲ ਬੌਂਡ ਅਸੀਂ ਸਬਮਿਟ ਕਰਤੇ ਅਦਾਲਤ ਦੇ ਵਿੱਚ ਜੀ। ਅਦਾਲਤ ਨੇ ਰੀਲੀਜ਼ ਆਰਡਰ ਸਬ ਜੇਲ ਮਲੇਕੋਲਾ ਨੂੰ ਭੇਜ ਦਿੱਤਾ ਸੀ ਜੀ। ਪਰੰਤੂ ਜਾ ਕੇ ਮਲੇਕੋਲੇ ਪਤਾ ਲੱਗਿਆ ਕਿ ਭਾਨੇ ਸਿੱਧੂ ਨੂੰ ਮੁਕੱਦਮਾ ਨੰਬਰ 8 ਸਦਰ ਪਟਿਆਲਾ ਵਾਲੀ ਪੁਲਿਸ ਅਰੈਸਟ ਕਰਕੇ 11 ਵਜੇ ਲੈ ਗਈ ਜੀ। ਇਹ ਮੁਕੱਦਮਾ ਵੀ 20 ਜਨਵਰੀ 2024 ਦਾ ਦਰਜ ਹੋਇਆ ਹੋਇਆ। ਅੱਛਾ ਜੀ। ਜਦੋਂ ਕਿ ਉਹ ਮੁਕੱਦਮੇ ਦੀ FIR ਦੇ ਅਨੁਸਾਰ ਜਿਹੜੀ ਘਟਨਾ ਦਾ ਵੇਰਵਾ ਦੇ ਰਹੇ ਆ ਉਹ 21/12/23 ਦਾ ਜੀ। ਉਹਦੇ ਵਿੱਚ ਜ਼ਿਕਰ ਕਰ ਰਹੇ FIR ਦੇ ਐਲੀਗੇਸ਼ਨ ਅਨੁਸਾਰ ਭਾਨਾ ਸਿੱਧੂ ਚੈਨੀ ਖੋ ਕੇ ਲੈ ਗਿਆ। ਵਕੀਲ ਸਾਹਿਬ ਇਹ ਲੁੱਟ ਖੋ ਦਾ ਮਾਮਲਾ ਜੀ? ਹਾਂ, ਇਹ ਲੁੱਟ ਖੋ ਦਾ ਮਾਮਲਾ ਜਿਹਦੇ ਵਿੱਚ ਚੈਨੀ ਚੋਰੀ ਕਰਨ ਦੇ ਬਾਰੇ ਜ਼ਿਕਰ ਹੋਇਆ ਜੀ। ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਫਰਦਰ ਰਿਮਾਂਡ ਦਿੱਤਾ ਪੁਲਿਸ ਨੂੰ। ਸਰ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ ਜੀ? 2 ਦਿਨ ਦਾ ਰਿਮਾਂਡ ਦਿੱਤਾ ਗਿਆ ਜੀ। ਤਾਂ ਇਸ ਮਾਮਲੇ ਲੈ ਕੇ ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਤੁਸੀਂ ਪੈਰਵਾਈ ਕਰ ਰਹੇ ਹੋ ਪਟਿਆਲਾ ਦੇ ਵਿੱਚ ਵੀ ਜਾਂ ਕਿਸੇ ਹੋਰ ਵਕੀਲ ਸਾਹਿਬ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ? ਇਹ ਪੁਲਿਸ ਰਿਮਾਂਡ ਦੇ ਵਿੱਚ ਜਾ ਰਿਹਾ ਜੀ। ਹੁਣ ਜਦੋਂ ਦੁਬਾਰਾ ਵਾਪਸ ਅਦਾਲਤ ਵਿੱਚ ਪੇਸ਼ ਕਰਨਗੇ ਫਿਰ ਬਹਿਸ ਕੀਤੀ ਜਾਊਗੀ ਅਦਾਲਤ ਦੇ ਵਿੱਚ ਜੀ। ਕਿਉਂਕਿ ਇਹ ਵੀ ਮੁਕੱਦਮਾ ਬਿਲਕੁਲ ਝੂਠਾ ਦਰਜ ਕੀਤਾ ਗਿਆ, ਇਹਦੀ ਘਟਨਾ ਵੀ 21/12/23 ਦੀ ਆ ਜੀ। ਤਾਂ ਸਰ ਜੋ ਲੁਧਿਆਣਾ ਵਾਲਾ ਜੋ ਮਾਮਲਾ ਉਸਦੇ ਵਿੱਚ ਜ਼ਮਾਨਤ ਜਿਸ ਤਰੀਕੇ ਮਿਲ ਚੁੱਕੀ ਸੀ ਤਾਂ ਉਸ ਦੇ ਵਿੱਚ ਹੁਣ ਅਗਲੀ ਕੀ ਕਾਰਵਾਈ ਰਹਿਣ ਵਾਲੀ ਆ ਤੁਹਾਡੇ ਵੱਲੋਂ ਉਸ ਪਰਚੇ ਦੇ ਵਿੱਚ ਜੀ? ਉਸ ਪਰਚੇ ਦੀ 6 ਫਰਵਰੀ ਡੇਟ ਆ, 6 ਫਰਵਰੀ ਦੀ ਪ੍ਰੈਜ਼ੈਂਸ ਆ ਜੀ, ਭਾਨਾ ਸਿੱਧੂ ਨੇ ਉਹਦੇ ਵਿੱਚ ਹਾਜ਼ਰ ਹੋਣਾ ਜੀ। ਉਸ ਤੋਂ ਬਾਅਦ ਫਰਦਰ ਚਲਾਨ ਪੇਸ਼ ਕੀਤਾ ਜਾਊਗਾ ਜੀ, ਫਿਰ ਗਵਾਹੀਆਂ ਤੇ ਆਊਗਾ ਕੇਸ। ਤਾਂ ਸਰ ਕੀ ਲੱਗਦਾ ਤੁਹਾਨੂੰ ਉਸ ਮਾਮਲੇ ਦੇ ਵਿੱਚ ਕੀ ਰਿਹਾਈ ਆ ਜਿਹੜੀ ਕਦੋਂ ਕੁ ਤੱਕ ਸੰਭਵ ਆ, ਜਾਂ ਉਹ ਪਰਚਾ ਜਿਹੜਾ ਜਿਸ ਤਰੀਕੇ ਜਿਹੜੇ ਭਾਨਾ ਸਿੱਧੂ ਦੇ ਸਮਰਥਕ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹ ਬਿਲਕੁਲ ਨਜਾਇਜ਼ ਪਰਚਾ ਪਾਇਆ ਗਿਆ, ਤਾਂ ਉਹ ਤੁਸੀਂ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਕਦੋਂ ਕੁ ਤੱਕ ਜਾਂ ਉਹ ਪਰਚਾ ਜਿਹੜਾ ਖਤਮ ਹੋ ਸਕਦਾ, ਜਾਂ ਉਹਦੇ ਵਿੱਚ ਕੀ ਅਗਲੇ ਸਟੈਪ ਰਹਿ ਸਕਦੇ ਆ ਕਾਨੂੰਨੀ ਕਾਰਵਾਈ ਦੇ ਤਹਿਤ ਜੀ? ਇਸ ਮੁਕੱਦਮੇ ਦੇ ਵਿੱਚ ਹੁਣ 2 ਦਿਨ ਬਾਅਦ ਜੁਡੀਸ਼ੀਅਲ ਰਿਮਾਂਡ ਦੀ ਅਸੀਂ ਬੇਨਤੀ ਕਰਾਂਗੇ, ਬਹਿਸ ਕਰਾਂਗੇ ਜੀ। ਜਦੋਂ ਜੁਡੀਸ਼ੀਅਲ ਕਸਟਡੀ ਭੇਜਿਆ ਜਾਂਦਾ ਉਸ ਤੋਂ ਬਾਅਦ ਜ਼ਮਾਨਤ ਦੀ ਦਰਖਾਸਤ ਲਾਈ ਜਾਊਗੀ ਜੀ।
ਫਿਰ ਬਹਿਸ ਹੋਣ ਤੋਂ ਬਾਅਦ ਜੱਜ ਸਾਹਿਬ ਫੈਸਲਾ ਕਰਨਗੇ ਜੀ। ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਵਕੀਲ ਸਾਹਿਬ ਦੇ ਵੱਲੋਂ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਗਿਆ ਕਿ ਪਟਿਆਲਾ ਦੇ ਵਿੱਚ ਇੱਕ ਮਾਮਲਾ ਜਿਹੜਾ ਦਰਜ ਕੀਤਾ ਗਿਆ ਤੇ ਉਸ ਮਾਮਲੇ ਦੇ ਉੱਪਰ ਹੁਣ ਜਿਹੜੀ ਕਾਰਵਾਈ ਹੋਈ ਹੈ। ਪਹਿਲਾਂ ਦੱਸ ਦਈਏ ਕਿ ਭਾਨਾ ਸਿੱਧੂ ਨੂੰ ਲੁਧਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਲੁਧਿਆਣਾ ਦੇ ਵਿੱਚ ਜੋ ਅਦਾਲਤ ਦੇ ਵਿੱਚ ਭਾਨਾ ਸਿੱਧੂ ਨੂੰ ਪੇਸ਼ ਕੀਤਾ ਜਾਂਦਾ, ਪੇਸ਼ ਕਰਨ ਤੋਂ ਬਾਅਦ ਪਹਿਲਾਂ ਰਿਮਾਂਡ ਮਿਲਦਾ ਤੇ ਫਿਰ ਰਿਮਾਂਡ ਤੋਂ ਬਾਅਦ ਜਦੋਂ ਨਿਆਇਕ ਹਿਰਾਸਤ ਦੇ ਵਿੱਚ ਭਾਨਾ ਸਿੱਧੂ ਨੂੰ ਮਰੇਕੋਲਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਬੀਤੇ ਦਿਨੀ ਸੁਣਵਾਈ ਹੁੰਦੀ ਹੈ ਤੇ ਜ਼ਮਾਨਤ ਆ ਜਿਹੜੀ ਉਹ ਮਨਜ਼ੂਰ ਕਰ ਲਈ ਜਾਂਦੀ ਹੈ ਤੇ ਅੱਜ ਰਿਹਾਈ ਹੋਣੀ ਸੀ, ਬੌਂਡ ਆ ਜਿਹੜਾ ਉਹ ਭਰਿਆ ਗਿਆ ਸੀ। ਪਰ ਉਸ ਤੋਂ ਪਹਿਲਾਂ ਪਟਿਆਲਾ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਜਾਂਦਾ ਤੇ ਪਟਿਆਲਾ ਪੁਲਿਸ ਦੇ ਵੱਲੋਂ ਜਿਹੜਾ ਭਾਨਾ ਸਿੱਧੂ ਨੂੰ ਇੱਥੇ ਲਿਆਇਆ ਜਾਂਦਾ, ਪਟਿਆਲਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਰਿਮਾਂਡ ਆ ਜਿਹੜਾ ਉਹ ਪਟਿਆਲਾ ਅਦਾਲਤ ਦੇ ਵੱਲੋਂ ਦਿੱਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ 2 ਦਿਨ ਤੋਂ ਬਾਅਦ ਜਿਹੜੀ ਪੇਸ਼ੀ ਹੋਏਗੀ ਉੱਥੇ ਹੀ ਵਕੀਲ ਸਾਹਿਬ ਦਾ ਕਹਿਣਾ ਕਿ ਉਹ ਵੀ ਇਸ ਮਾਮਲੇ ਦੀ ਜਿਹੜੀ ਪੈਰਵਾਈ ਆ ਉਹ ਕਰਨਗੇ ਤੇ ਜੋ ਉਹਨਾਂ ਦੇ ਵੱਲੋਂ ਦਲੀਲਾਂ ਨੇ ਉਹ ਪੇਸ਼ ਕੀਤੀਆਂ ਜਾਣਗੀਆਂ ਤੇ ਜੁਡੀਸ਼ੀਅਲ ਜੋ ਨਿਆਇਕ ਹਿਰਾਸਤ ਉਸ ਦੇ ਵਿੱਚ ਭੇਜਣ ਦੀ ਮੰਗ ਕੀਤੀ ਜਾਏਗੀ। ਫਿਰ ਉਸ ਤੋਂ ਬਾਅਦ ਜ਼ਮਾਨਤ ਅਰਜ਼ੀ ਆ ਜਿਹੜੀ ਉਹ ਲਗਾਈ ਜਾਏਗੀ। ਜੇਕਰ ਮਾਮਲੇ ਦੀ ਗੱਲ ਕਰੀਏ ਤਾਂ ਇੱਥੇ ਲੁੱਟ ਖੋਹ ਦਾ ਮਾਮਲਾ ਜਿਹੜਾ ਵਕੀਲ ਸਾਹਿਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਇੱਥੇ ਲੁੱਟ ਖੋਹ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਵਾ ਤੇ ਜੇਕਰ ਲੁਧਿਆਣੇ ਵਾਲੇ ਮਾਮਲੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਏਜੰਟ ਤੋਂ ਫਰੌਤੀ ਮੰਗਣ ਦਾ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਸੀ। ਤਾਂ ਭਾਨਾ ਸਿੱਧੂ ਦੇ ਉੱਪਰ ਇੱਕ ਹੋਰ ਜਿਹੜਾ ਮਾਮਲਾ ਦਰਜ ਕੀਤਾ ਗਿਆ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਹਿਲਾਂ ਲੁਧਿਆਣਾ ਦੇ ਵਿੱਚ ਮਾਮਲਾ ਜਿਹੜਾ ਭਾਨਾ ਸਿੱਧੂ ਦੇ ਉੱਪਰ ਦਰਜ ਕੀਤਾ ਗਿਆ ਸੀ ਉੱਥੇ ਲੁਧਿਆਣਾ ਪੁਲਿਸ ਦੇ ਵੱਲੋਂ ਜਿਹੜਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ, ਫਿਰ ਰਿਮਾਂਡ ਦੇ ਉੱਪਰ ਲਿਆ ਜਾਂਦਾ ਤੇ ਰਿਮਾਂਡ ਤੋਂ ਬਾਅਦ ਜਦੋਂ ਨਿਆਇਕ ਹਿਰਾਸਤ ਦੇ ਵਿੱਚ ਪਟਿਆਲਾ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤਾਂ ਪਟਿਆਲਾ ਜੇਲ੍ਹ ਤੋਂ ਅੱਜ ਰਿਹਾਈ ਤੋਂ ਪਹਿਲਾਂ ਪਟਿਆਲਾ ਮਾਫ ਕਰਨਾ ਮਰੇਕੋਲਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤਾਂ ਮਲੇਰਕੋਟਲਾ ਜੇਲ੍ਹ ਤੋਂ ਬਾਅਦ ਅੱਜ ਹੁਣ ਜਿਹੜੀ ਪਟਿਆਲਾ ਪੁਲਿਸ ਦੇ ਵੱਲੋਂ ਅਰੈਸਟ ਪਾਈ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ 2 ਦਿਨ ਦੇ ਰਿਮਾਂਡ ਦੇ ਉੱਪਰ ਪਟਿਆਲਾ ਅਦਾਲਤ ਦੇ ਵੱਲੋਂ ਭਾਨਾ ਸਿੱਧੂ ਨੂੰ ਭੇਜਿਆ ਗਿਆ ਵਾ। ਤਾਂ 2 ਦਿਨ ਦਾ ਰਿਮਾਂਡ ਭਾਨਾ ਸਿੱਧੂ ਤੋਂ ਮਿਲਿਆ, ਨਵਾਂ ਇੱਕ ਮਾਮਲਾ ਜਿਹੜਾ ਉਹ ਦਰਜ ਕੀਤਾ ਗਿਆ ਲੁੱਟ ਖੋਹ ਦਾ ਇਹ ਮਾਮਲਾ ਹੈ। ਤਾਂ ਇਸ ਮਾਮਲੇ ਲੈ ਕੇ ਲਗਾਤਾਰ ਜੋ ਵੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ। FIR ਦੀ ਕਾਪੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਦੇਖ ਸਕਦੇ ਹੋ ਸਕਰੀਨ ਦੇ ਉੱਪਰ ਜੋ FIR ਦਰਜ ਕੀਤੀ ਗਈ ਆ ਉੱਥੇ ਹੀ ਦੱਸ ਦਈਏ ਕਿ ਭਾਨਾ ਸਿੱਧੂ ਦੀ ਜੇਕਰ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਚਰਚਿਤ ਚਿਹਰਾ ਨੇ ਕਿਉਂਕਿ ਲਗਾਤਾਰ ਭਾਨਾ ਸਿੱਧੂ ਆਪਣੀ ਵੀਡੀਓਜ਼ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਲਗਾਤਾਰ ਏਜੰਟਾਂ ਦੇ ਮਾਮਲਿਆਂ ਨੂੰ ਲੈ ਕੇ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਸੀ। ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਭਾਨਾ ਸਿੱਧੂ ਨੇ ਉਹਨਾਂ ਦੇ ਏਜੰਟਾਂ ਤੋਂ ਜੋ ਪੈਸੇ ਨੇ ਉਹ ਵਾਪਸ ਕਰਵਾਏ ਨੇ, ਤਾਂ ਜੋ ਫਾਈਲਾਂ ਲਗਾਈਆਂ ਗਈਆਂ ਸੀ ਲੋਕਾਂ ਦੇ ਵੱਲੋਂ ਜਾਂ ਵੀਜ਼ਾ ਨਹੀਂ ਲੱਗਿਆ ਸੀ ਤੇ ਉਸ ਨੂੰ ਲੈ ਕੇ ਜੇਕਰ ਕਿਸੇ ਨੇ ਪੈਸੇ ਜਿਹੜੇ ਦਿੱਤੇ ਹੋਏ ਸੀ ਤਾਂ ਉਹ ਪੈਸੇ ਜਿਹੜੇ ਵਾਪਸ ਕਰਵਾਉਣ ਦੀ ਗੱਲ ਉਹਨਾਂ ਵੀਡੀਓਜ਼ ਦੇ ਰਾਹੀਂ ਲੋਕਾਂ ਦੇ ਤੱਕ ਪਹੁੰਚਾਈ ਜਾਂਦੀ ਸੀ। ਭਾਨਾ ਸਿੱਧੂ ਦੀ ਜੇਕਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ, ਗਾਣਿਆਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ ਤੇ ਸੋਸ਼ਲ ਮੀਡੀਆ ਦਾ ਇੱਕ ਚਰਚਿਤ ਚਿਹਰਾ ਨੇ। ਅਕਸਰ ਬੇਵਾਕੀ ਦੇ ਨਾਲ ਹਰ ਇੱਕ ਮੁੱਦੇ ਦੇ ਉੱਪਰ ਆਪਣੀ ਰਾਏ ਰੱਖਦੇ ਨੇ, ਬੇਵਾਕੀ ਦੇ ਨਾਲ ਹਰ ਇੱਕ ਮੁੱਦੇ ਦੇ ਉੱਪਰ ਬੋਲਦੇ ਨੇ। ਤਾਂ ਹੁਣ ਉਹਨਾਂ ਦੇ ਨਾਲ ਜੁੜੀ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ, ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਭਾਨਾ ਸਿੱਧੂ ਨੂੰ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ, ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਰਿਮਾਂਡ ਆ ਜਿਹੜਾ ਉਹ ਪਟਿਆਲਾ ਪੁਲਿਸ ਦੇ ਵੱਲੋਂ ਹਾਸਲ ਕੀਤਾ ਗਿਆ। ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦੁਲੇ।